ਸਕਾਰਪੀਓ ਸਵਾਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੀਤੀ ਕੋਸ਼ਿਸ਼। ਪੁਲਿਸ ਮੁਲਾਜ਼ਮਾਂ ਤੇ ਸਕਾਰਪੀਓ ਸਵਾਰਾਂ ਦਾ ਹੋਇਆ ਟਾਕਰਾ। ਪੁਲਿਸ ਤੇ ਸਕਾਰਪੀਓ ਸਵਾਰਾਂ ਦੇ ਸਿੱਧੇ ਟਾਕਰੇ ਦੀ ਵੀਡੀਓ ਹੋਈ ਵਾਇਰਲ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਦੀਆਂ ਨੇ, ਜਿੱਥੇ ਸਕਾਰਪੀਓ ਕਾਰ 'ਚ ਸਵਾਰ ਇਹ ਉਹ ਲੋਕ ਨੇ ਜੋ ਪੁਲਿਸ ਦੇ ਰੋਕੇ ਤੇ ਵੀ ਨਹੀਂ ਰੁਕੇ ਤਾਂ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਰ ਅੱਗੇ ਜਾ ਕੇ ਪੁਲਿਸ ਤੇ ਸਕਾਰਪੀਓ ਸਵਾਰਾਂ ਦਾ ਜੋ ਟਾਕਰਾ ਹੋਇਆ ਉਹ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ। ਦੱਸ ਦਈਏ ਕਿ ਪੁਲਿਸ ਦੀ ਗੱਡੀ ਇਹਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਤਾਂ ਹੋ ਗਈ, ਪਰ ਉਹ ਅਨਸਰ ਫਿਰ ਵੀ ਇੱਥੋਂ ਭੱਜ ਗਏ। ਹਾਲਾਂਕਿ ਪੁਲਿਸ ਵਾਲਿਆਂ ਨੇ ਇਹਨਾਂ ਸ਼ੁਰੂਆਤੀ ਅਨਸਰਾਂ ਤੇ ਪਿਸਤੌਲ ਵੀ ਤਾਣੇ ਤੇ ਸਕਾਰਪੀਓ ਦੇ ਸ਼ੀਸ਼ੇ ਵੀ ਭੰਨੇ, ਪਰ ਉਹ ਸ਼ੁਰੂਆਤੀ ਅਨਸਰ ਫਿਰ ਵੀ ਗੱਡੀ ਨੂੰ ਭਜਾ ਕੇ ਲੈ ਜਾਣ ਦੇ ਵਿੱਚ ਕਾਮਯਾਬ ਹੋ ਗਏ। ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਾਰੀ ਘਟਨਾ ਸੁਲਤਾਨਪੁਰ ਲੋਧੀ ਦੀ ਦੱਸੀ ਜਾ ਰਹੀ ਹੈ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਤੇ ਇਹ ਮੁਲਜ਼ਮ ਆਮੋ ਸਾਹਮਣੇ ਹੋ ਗਏ। ਪਰ ਮੌਕਾ ਦੇਖ ਕੇ ਸਕਾਰਪੀਓ ਸਵਾਰ ਫਿਰ ਵੀ ਮੌਕੇ ਤੋਂ ਜਿਹੜੇ ਨੇ ਫਰਾਰ ਹੋ ਗਏ। ਜ਼ਿਕਰ ਹੋਗੇ ਕਿ ਇਹ ਸਾਰੀ ਘਟਨਾ ਸੁਲਤਾਨਪੁਰ ਦੇ ਸਿਵਲ ਹਸਪਤਾਲ ਦੇ ਨੇੜੇ ਦੀ ਵਾਪਰੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਹੁਣ ਇਹਨਾਂ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ। ਅੱਜ ਬਾਅਦ ਦੁਪਹਿਰ ਸਿਵਲ ਹਸਪਤਾਲ ਦੇ ਸਾਹਮਣੇ ਪੁਲਿਸ ਪਾਰਟੀ ਜਾ ਰਹੀ ਸੀ ਤੇ ਉਹਨਾਂ ਨੂੰ ਕੁਝ ਸ਼ੱਕੀ ਵਿਅਕਤੀ ਜਾਂਦੇ ਪ੍ਰਤੀਤ ਹੋਏ ਸਕਾਰਪੀਓ ਗੱਡੀ ਦੇ ਵਿੱਚ ਤੇ ਉਹਨਾਂ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕੇ ਨਹੀਂ। ਉਹਨਾਂ ਨੇ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਤੋਂ ਬਾਅਦ ਜਦ ਉਹ ਨਹੀਂ ਰੁਕੇ ਤਾਂ ਉਹਨਾਂ ਨੇ ਗੱਡੀ ਭਜਾ ਲਈ ਤੇ ਉਹ ਜਿਹੜੇ ਬੰਦੇ ਨੇ ਉਹਨਾਂ ਦੀ ਸ਼ਨਾਖਤ ਅਜੇ ਜਾਰੀ ਹੈ ਅਤੇ ਵਹੀਕਲ ਦੀ ਸਰਚ ਅਜੇ ਜਾਰੀ ਹੈ। ਉਹ ਨਸ਼ਾ ਤਸਕਰ ਸਨ ਕੀ ਸਨ ਜੀ? ਹਜੇ ਉਹਨਾਂ ਦੀ ਆਈਡੈਂਟੀ ਕਨਫਰਮ ਨਹੀਂ ਹੋਈ ਆ ਤੇ ਪਰ ਉਹਨਾਂ ਖਿਲਾਫ ਜਿਹੜੀ ਬਣਦੀ ਕਾਰਵਾਈ ਹੈ ਉਹ ਹਜੇ ਅਸੀਂ ਆਰੰਭ ਕਰ ਦਿੱਤੀ ਹੈ। ਪਹਿਲਾਂ ਅਸੀਂ ਉਹਨਾਂ ਦੀ ਸਰਚ ਕਰ ਰਹੇ ਹਾਂ ਤੇ ਜਦੋਂ ਹੀ ਮਿਲ ਜਾਂਦੇ ਆ ਤਾਂ ਕਾਰਵਾਈ ਅਸੀਂ ਅਮਲ ਚ ਨਹੀਂ। ਫਾਇਰਿੰਗ ਦੀ ਕੋਈ ਨਿਊਜ਼ ਨਹੀਂ ਹੈ ਤੇ ਮੈਂ ਆਪ ਵੀ ਕਨਫਰਮ ਕਰ ਲਿਆ ਫਾਇਰਿੰਗ ਨਹੀਂ ਹੋਈ। ਸ਼ੀਸ਼ਿਆਂ ਦੀ ਭੰਨਤੋੜ ਹੋਈ ਹੋਵੇ? ਸ਼ੀਸ਼ਿਆਂ ਦੀ ਭੰਨਤੋੜ ਹੋਈ ਹੈ ਔਰ ਜਦ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿੱਚ ਸ਼ੀਸ਼ਾ ਵੀ ਟੁੱਟਿਆ ਉਹਨਾਂ ਦੀ। ਸੁਲਤਾਨਪੁਰ ਲੋਧੀ ਤੋਂ ਗੌਰਵ ਧੀਰ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।